ਫਾਜ਼ਿਲਕਾ ਦੇ ਪਿੰਡ ਹਲੀਮਵਾਲਾ ਦੇ ਵਿੱਚ ਪਸ਼ੂਆਂ ਦੇ ਬਾੜੇ ਦੇ ਵਿੱਚ ਲੱਗੀ ਅੱਗ ਨੂੰ ਬੁਝਾਉਣ ਗਿਆ ਵਿਅਕਤੀ ਝੁਲਸਿਆ, ਹੋਇਆ ਕਾਇਲ। ਹਸਪਤਾਲ ਦੇ ਵਿੱਚ ਕਰਵਾਇਆ ਭਰਤੀ। ਫਾਜ਼ਿਲਕਾ ਦੇ ਪਿੰਡ ਹਲੀਮਵਾਲਾ ਦੇ ਵਿੱਚ ਪਸ਼ੂਆਂ ਦੇ ਬਾੜੇ ਦੇ ਵਿੱਚ ਲੱਗੀ ਅੱਗ ਨੂੰ ਬੁਝਾਉਣ ਗਿਆ ਇੱਕ ਵਿਅਕਤੀ ਝੁਲਸ ਗਿਆ, ਜਿਸ ਨੂੰ ਉਪਚਾਰ ਦੇ ਲਈ ਫਾਜ਼ਿਲਕਾ ਦੇ ਸਿਵਲ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ। ਜਾਣਕਾਰੀ ਦਿੰਦੇ ਹੋਏ ਹਲੀਮਵਾਲਾ ਦੇ ਨਿਵਾਸੀ ਨੇ ਦੱਸਿਆ ਕਿ ਉਹਨਾਂ ਦੇ ਪਸ਼ੂਆਂ ਦੇ ਬਾੜੇ ਦੇ ਉੱਪਰੋਂ ਲੰਘਣ ਵਾਲੀ ਬਿਜਲੀ ਦੀ ਤਾਰ ਬਾੜੇ ਦੇ ਛੱਪੜ ਤੇ ਗਿਰ ਗਈ, ਜਿਸ ਦੇ ਚਲਦਿਆਂ ਬਾੜੇ ਨੂੰ ਅੱਗ ਲੱਗ ਗਈ ਅਤੇ ਜਦੋਂ ਅੱਗ ਨੂੰ ਬੁਝਾਉਣ ਗਿਆ ਤਾਂ ਉਹ ਇਸ ਅੱਗ ਦੀ ਚਪੇਟ ਦੇ ਵਿੱਚ ਆ ਗਿਆ ਔਰ ਕਾਇਲ ਹੋ ਗਿਆ। ਉਸ ਨੂੰ ਉਸ ਦੇ ਪਰਿਵਾਰ ਵਾਲਿਆਂ ਨੇ ਉਪਚਾਰ ਦੇ ਲਈ ਫਾਜ਼ਿਲਕਾ ਦੇ ਸਿਵਲ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ, ਜਿੱਥੇ ਉਸ ਦੀ ਹਾਲਤ ਸਥਿਰ ਦੱਸੀ ਜਾ ਰਹੀ ਹੈ। ਜਸਵੰਤ ਸਿੰਘ। ਜਸਵੰਤ ਸਿੰਘ ਕਿੱਥੋਂ ਦੇ ਰਹਿਣ ਵਾਲੇ ਹੋ? ਪਿੰਡ ਲੀਮਾ। ਕੀ ਗੱਲ ਹੋਈ ਤੁਹਾਡੇ ਨਾਲ? ਹਾਂਜੀ, ਕੀ ਗੱਲ ਹੋਈ ਹੈ? ਕਿ ਆਪਣੇ ਗੱਲ ਹੋਈ ਸੀ, ਛੱਪੜ ਜਾਂ ਬੰਨਿਆ ਸੀਗਾ ਤੇ ਉੱਥੋਂ ਤਾਰ ਬਿਜਲੀ ਵਾਲੀ ਲੰਘ ਗਈ ਸੀ। ਅੱਛਾ ਜੀ। ਤੇ ਉਹ ਬਿਜਲੀ ਤਾਰ ਲੰਘ ਗਈ ਸੀ, ਸਾਨੂੰ ਪਤਾ ਨਹੀਂ ਲੱਗਾ ਜੀ, ਇੱਕਦਮ ਅੱਗ ਲੱਗ ਗਈ ਸੀ। ਅੱਛਾ ਜੀ। ਮੈਂ ਭੱਜ ਕੇ ਨਾ ਪਸ਼ੂ ਖੋਲ੍ਹਣ ਲੱਗਿਆ ਸੀਗਾ ਤੇ ਪਸ਼ੂ ਤਾਂ ਮੇਰੇ ਤੋਂ ਖੋਲ੍ਹੇ ਨਹੀਂ ਗਏ, ਉੱਥੇ ਨਾ ਅੱਗ ਜਦੋਂ ਡਿੱਗਣ ਲੱਗ ਗਈ ਮੈਨੂੰ ਦਿਸਣਾ ਬੰਦ ਹੋ ਗਿਆ, ਮੈਂ ਭੱਜ ਨਿਕਲਿਆ ਸੀ। ਅੱਛਾ। ਹਾਂਜੀ, ਪਸ਼ੂ ਵਿੱਚੇ ਸੜ ਗਏ ਸੀ, ਗਾਂ ਸੂਣ ਵਾਲੀ ਸੀਗੀ, ਇੱਕ ਵਾਧਾ 15 ਦਿਨ। ਕਿੰਨਾ ਨੁਕਸਾਨ ਹੋ ਗਿਆ ਤੁਹਾਡਾ? ਨੁਕਸਾਨ ਦੋ ਪਸ਼ੂ ਸੁਣਾ ਸੀ, ਇੱਕ ਪਹਿਲਾਂ ਇੱਕ ਮੱਝ ਸੀ।